ਜਿੱਥੇ ਪੰਜਾਬ ਦੇ ਲੋਕ ਇੱਕ ਪਾਸੇ ਹੋਲੀ ਮਨਾ ਕੇ ਖੁਸ਼ੀ ਮਨਾ ਰਹੇ ਸੀ, ਤਾਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਆਗੂ ਤੇ ਵਰਕਰ ਇੱਕ ਵਿਧਵਾ ਨੂੰ ਇਨਸਾਫ ਦਿਵਾਉਣ ਲਈ ਥਾਣਾ ਫਲੋਰ ਦਾ ਘਿਰਾਓ ਕਰਕੇ ਬੈਠੇ ਸਨ। ਆਗੂਆਂ ਨੇ ਦੱਸਿਆ ਕਿ ਅੱਜ ਦਿਨ ਫਲੋਰ ਦੇ ਇਲਾਕੇ ਵਿੱਚ ਗੁੰਡਾਗਰਦੀ, ਲੁੱਟਾ ਖੋਹਾਂ, ਮਾਰਧਾੜ ਅਤੇ ਚੋਰੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ, ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ, ਜਿਸ ਕਾਰਨ ਗੁੰਡਾਗਰਦੀ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਬੀਤੇ ਦਿਨ ਇੱਕ ਵਿਧਵਾ ਔਰਤ ਨੇ ਦਰਖਾਸਤ ਦਿੱਤੀ ਸੀ ਕਿ ਉਸਦੇ ਮਕਾਨ ਤੇ ਕਬਜ਼ਾ ਕਰ ਲਿਆ ਹੈ ਤੇ ਉਸਦਾ ਸਮਾਨ ਵੀ ਖੁਦ ਮੁਕਤ ਕਰ ਦਿੱਤਾ ਗਿਆ ਹੈ, ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ, ਜਿਸ ਤੇ ਮਾਰਕਸਵਾਦੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਥਾਣਾ ਫਲੋਰ ਦਾ ਘਿਰਾਓ ਕਰਕੇ ਤੁਰੰਤ FIR ਦਰਜ ਕਰਵਾਈ। ਬੇਇੱਜ਼ਤੀ ਕਰਦੇ ਆ, ਰੋਜ਼ ਤੂੰ ਝੋਲਾ ਚੱਕ ਕੇ ਆ ਜਾਂਦੀ, ਸਾਡੇ ਕੋਲ ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ, ਹੈਂ ਵੀਡੀਓ ਵੀ ਦਿਖਾਤੀ ਸਾਡੀ, ਕਿਉਂਕਿ ਬੜੀ ਹੀ ਸਮਾਨ ਲੈ ਕੇ ਜਾਂਦੇ ਸੀ, ਖਾਲੀ ਵੀ ਕਿ ਆਟੋ ਭਰ ਕੇ ਵੀ ਆਇਆ। ਅੱਛਾ, ਉਹ ਵੀ ਦੇਖ ਕੇ ਉਹ ਵੀ ਨਹੀਂ ਕੁਛ ਕਰਦੇ ਪਏ, ਕੋਈ ਕਾਰਵਾਈ ਨਹੀਂ ਕਰ ਰਹੇ। ਠੀਕ ਆ, ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਨਾ ਤੁਸੀਂ? ਮੈਨੂੰ ਇਨਸਾਫ ਦਵਾਇਆ ਜਾਏ ਜੀ। ਇੱਕ ਮੁਹੱਲਾ ਖੋਪੁਰੇ ਦੀ ਉਸਾ ਰਾਣੀ ਜਿਹਦੀ ਵਿਧਵਾ ਔਰਤ ਆ, ਉਹ ਲਗਭਗ 15 ਤਰੀਕ ਦੀ ਗੱਲ ਆ, ਉਹਦੇ ਘਰ 'ਚੋਂ ਰਾਤ ਨੂੰ 12 ਵਜੇ ਕਿਸੇ ਲੋਕਾਂ ਨੇ ਸਮਾਨ ਕੱਢ ਕੇ ਉਹਦਾ ਗਾਇਬ ਕਰ ਦਿੱਤਾ ਅਤੇ ਜਿਹੜਾ ਘਰ ਸੀ ਉੱਥੇ ਜਿੰਦਾ ਲਾ ਤਾ, ਤਾਲਾ ਲਾ ਤਾ, ਉਹ 'ਤੇ ਕਬਜ਼ਾ ਕਰ ਲਿਆ। ਅੱਛਾ, ਉਸ ਤੋਂ ਬਾਅਦ ਅਸੀਂ ਲਗਾਤਾਰ ਹੀ SHO ਫਲੋਰ ਸਾਹਿਬ ਅਤੇ ਡੈਪਟੀ ਸਾਹਿਬ ਨੂੰ ਮਿਲੇ ਹਾਂ, ਪਰ ਕੋਈ ਵੀ ਉਹਨੇ ਕਾਰਵਾਈ ਕਰ ਕੀਤੀ ਨਹੀਂ, ਦਾਲੇ ਲੱਪੇ ਲਾਉ ਰਹੇ। ਅੱਛਾ, ਅੱਜ ਜਦੋਂ ਅਸੀਂ ਅੱਜ ਮੈਨ ਲਾਏ ਫਿਰ ਵੀ ਉਹ ਕਾਰਵਾਈ ਤੋਂ ਭੱਜ ਰਹੇ ਸੀ, ਇਸ ਕਰਕੇ ਉਹ ਉਲਟਾ ਉਸ ਔਰਤ ਨੂੰ ਦੱਬ ਕੇ ਮਾਰੇ ਜਾਂਦੇ ਵੀ ਝੋਲਾ ਚੱਕ ਕੇ ਤੁਰੀ ਫਿਰਦੀ ਹਾਂ, ਅਸੀਂ ਡੈਪਟੀ ਕੋਲ ਜਾਂਦੀ ਕਦੇ ਕਦੇ ਜਾਂਦੀ, ਇਸ ਕਰਕੇ ਸਾਨੂੰ ਮਜਬੂਰੀ ਕਰਨ ਲਈ ਧਰਨਾ ਲਾਉਣਾ। ਕਰੀਬ 6-7 ਸਾਲ ਤੋਂ ਮਾਲਕ ਮਕਾਨ ਅਤੇ ਕਿਰਾਏਦਾਰ ਦਾ ਦੇ ਵਿੱਚ ਮਕਾਨ ਖਾਲੀ ਕਰਨ ਨੂੰ ਰੌਲਾ ਚੱਲ ਰਿਹਾ, ਜਿਹਦੇ ਸੰਬੰਧ ਵਿੱਚ ਜਿਹੜੀ ਔਰਤ ਆ ਉਹ ਰਹਿੰਦੀ ਰਹਿ ਰਹੀ, ਲੇਕਿਨ ਰਹਿੰਦੀ ਲੁਧਿਆਣੇ ਆ, ਉਹ ਕਹਿ ਰਹੀ ਹੈ ਵੀ ਮੇਰਾ ਇਹਨਾਂ ਨੇ ਸਮਾਨ ਚੋਰੀ ਕਰ ਲਿਆ, ਕਿਉਂਕਿ ਜਾਂਚ ਪੜਤਾਲ ਜਾਰੀ ਹੈ, ਲੇਕਿਨ ਅਸੀਂ ਪਰਚਾ ਦਰਜ ਕਰਤਾ ਜਾਂਚ ਪੜਤਾਲ ਜਾਰੀ ਹੈ, ਕਿਉਂਕਿ ਜਾਂਚ ਪੜਤਾਲ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਇਹ ਕਾਰਵਾਈ ਕੀਤੀ ਜਾਵੇਗੀ। ਆਲਰੇਡੀ ਪਹਿਲਾਂ ਹੀ ਕੇਸ ਜਿਹੜਾ ਕੋਰਟ ਦੇ ਵਿੱਚ ਚੱਲ ਰਿਹਾ, ਮੈਂ ਕੋਈ ਕਿਸੇ ਮੰਦੀ ਭਾਸ਼ਾ ਨਹੀਂ ਬੋਲੀ, ਉਹਦੇ ਹੋਰ ਮੌਜੂਦ ਬੰਦੇ ਵੀ ਬੈਠੇ ਸੀ, ਮੇਰਾ ਹੱਕ ਵੀ ਨਹੀਂ ਹੈ ਮੰਦੀ ਭਾਸ਼ਾ ਬੋਲਣਾ, ਜਿਹੜਾ ਕੰਪਲੇਂਟ ਲੈ ਕੇ ਮੈਂ ਕਿਉਂ ਬੋਲੂੰਗਾ, ਪੜਤਾਲ ਕਰ ਰਹੀ ਹੈ ਜਾਂ ਪੜਤਾਲ ਜਾ ਰਹੀ ਹੈ, ਪੜਤਾਲ ਦੇ ਵਿੱਚ ਮੈਰਿਟ ਬੇਸ ਜੋ ਹੋਊਗਾ ਉਹਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਫਿਲੌਰ ਤੋਂ ਪ੍ਰਭਪਾਲ ਦੀ ਰਿਪੋਰਟ।